ਅੱਜ ਦੀ ਖਬਰ ਸੁਣੀ ਤਾਇਆ? ਕਿਹੜੀ ਖਬਰ? ਉਹ ਕੋਰੋਨਾ ਦੇ ਮਰੀਜ਼ ਇੰਨੇ ਵੱਧ ਗਏ ਨੇ, ਪਰ ਹਸਪਤਾਲਾਂ 'ਚ ਜਗ੍ਹਾ ਨਹੀਂ ਮਿਲਣ ਡਈ। ਸਮਝ ਨਹੀਂ ਆ ਰਿਹਾ ਤੇ ਇੰਨੇ ਬਿਮਾਰ ਹੋਏ ਕਿਵੇਂ, ਨਾ ਸਰਕਾਰ ਕੀ ਕਰਨ ਡਈ ਭਲਾ? ਲੈ ਤੇ ਬਹੁਤ ਸਰਕਾਰ ਕੀ ਕਰੂ ਇਹਦੇ 'ਚ, ਉਹਨੇ ਤਾਂ ਪਹਿਲਾਂ ਹੀ ਕਿਹਾ ਵੀ ਜੇ ਬਹੁਤ ਜ਼ਰੂਰੀ ਕੰਮ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲੋ। ਲੋਕੀ ਫਿਰ ਬਟਾਣੀਆਂ ਬਣ ਬਣ ਬਾਹਰ ਤੁਰੀ ਫਿਰਦੇ। ਲੈ ਉਹ ਤਾਇਆ ਰੋਜ਼ ਰੋਟੀ ਕਮਾ ਕੇ ਖਾਣ ਵਾਲੇ ਬੰਦੇ ਬਾਹਰ ਨਹੀਂ ਨਿਕਲਣਗੇ ਤੇ ਟੱਬਰ ਫਿਰ ਭੁੱਖੇ ਨਹੀਂ ਮਰ ਜਾਣਗੇ? ਉੱਥੇ ਪੋਤੋ ਨਾ ਬਾਤ ਤੇ ਸਰਕਾਰ ਨੇ ਕਿਹਾ ਵੀ ਜੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਦੋ ਹੱਥ ਦੀ ਦੂਰੀ ਰੱਖ ਕੇ ਤੇ ਨਾਲੇ ਮੂੰਹ ਤੇ ਲਾ ਕੇ ਮਾਸਕ, ਹਾਂ ਉਹੀ ਉਹ ਲਾ ਕੇ ਬਾਹਰ ਨਿਕਲੋ। ਉਹ ਮਾਸਕ ਲਾ ਕੇ ਸਾਹ ਲੈਣਾ ਔਖਾ ਹੋ ਜਾਂਦਾ ਤਾਇਆ, ਤੇ ਪੁੱਤ ਕਰੋਨਾ ਕਰਾ ਕੇ ਸਾਹ ਲੈਣਾ ਸੌਖਾ ਹੋ ਜਾਂਦਾ। ਉਹ ਕਾਕਾ ਜਦੋਂ ਤੇਰੀ ਉਮਰ ਦੇ ਵਿੱਚ ਮੈਨੂੰ ਨਿੱਕਾ ਕਰੋਨਾ ਹੋਇਆ ਸੀ ਨਾ, ਇਹ ਕਦੀ ਗੱਪ ਮਾਰਨ ਲੱਗਾ। ਉਹ ਕਰੋਨਾ ਹੁਣ ਆਇਆ 2018-19 ਚ, 20 ਸਾਲ ਪਹਿਲਾਂ ਤੈਨੂੰ ਕਿਹੜਾ ਕਰੋਨਾ ਹੋਇਆ ਸੀ? ਜਗਾਮ ਜਦੋਂ ਵਿਗੜ ਜਾਂਦਾ ਤੇ ਫਿਰ ਬਣ ਜਾਂਦਾ ਸੀ ਜਗਾਣ। ਘਰ ਚ ਇੱਕ ਨੂੰ ਹੁੰਦਾ ਸੀ ਤਾਂ ਪੂਰੇ ਟੱਬਰ ਨੂੰ ਪੂਰੇ ਮਹੱਲੇ ਨੂੰ ਹੋ ਜਾਂਦਾ ਸੀ। ਅੱਛਾ, ਹਾਂ ਵੱਡੇ ਵਡੇਰੇ ਸਾਡੇ ਕਹਿੰਦੇ ਹੁੰਦੇ ਸੀ ਵੀ ਆ ਦਾਜ ਕਿੱਥੋਂ ਲਿਆ ਹੈ। ਲੋਕੀ ਇੰਜ ਮੂੰਹ ਤੇ ਕੱਪੜਾ ਰੱਖ ਕੇ ਗੱਲ ਕਰਦੇ ਸੀ, ਫਿਰ ਤੇ ਕਿਸੇ ਦਾ ਸਾਹ ਲੈਣਾ ਔਖਾ ਨਹੀਂ ਸੀ ਹੁੰਦਾ। ਫਿਰ ਤੁਸੀਂ ਇਲਾਜ ਕਿਵੇਂ ਕੀਤਾ? ਉਹ ਨਾ ਪੁੱਤ, ਮੈਂ ਕਹਿੰਦਾ ਇਲਾਜ ਕਰਨਾ ਸੀ, ਇਲਾਜ ਤਾਂ ਕੀਤਾ ਸੀ ਮੇਰੀ ਦਾਦੀ ਤੇ ਤੇਰੀ ਦਾਦੀ ਨੇ ਮਿਲ ਕੇ। ਰਸੋਈ ਵਾਲੀ ਸੰਦੂਕੜੀ ਚੋਂ ਲੂਣ, ਹਲਦੀ, ਕਾਲੀਆਂ ਮਿਰਚਾਂ, ਅਜਵੈਣ, ਸੌਂਫ, ਨਿੱਕੀ ਇਲਾਚੀ, ਮੋਟੀ ਇਲਾਚੀ, ਲੌਂਗ, ਪਤਾ ਨੀ ਕੀ ਲੈ ਕੇ ਪਾਣੀ ਗਰਮ ਕਰਕੇ ਕਾੜਾ ਬਣਾ ਕੇ ਪਿਆਇਆ ਸੀ ਬਸ। ਲੈ ਤੇ ਹੋਰ ਕੀ, 4 ਦਿਨ ਲਗਾਤਾਰ 3-3 ਵਾਰੀ ਕਾੜਾ ਪਿਲਾਇਆ ਤੇ ਨਿੱਕਾ ਕਰੋਨਾ ਹੋ ਗਿਆ ਹੋ ਗਿਆ ਹੋ ਗਿਆ। ਅੱਛਾ ਮਤਲਬ ਦਵਾਈ ਖਾਣ ਦੀ ਲੋੜ ਹੀ ਨਹੀਂ? ਨਾ ਪੁੱਤ, ਮੈਂ ਕਦੋਂ ਕਹਿੰਦਾ ਵੀ ਦਵਾਈ ਨਹੀਂ ਖਾਣੀ। ਉਹ ਨਿੱਕਾ ਕਰੋਨਾ ਸੀ, ਹੁਣ ਕਰੋਨਾ ਵੱਡਾ ਹੋ ਗਿਆ ਤੇ ਅਸੀਂ ਆਪਣੀਆਂ ਖੁਰਾਕਾਂ ਘਟਾ ਕੇ ਸਿਹਤਾਂ ਕਮਜ਼ੋਰ ਕਰ ਲਈਆਂ ਨੇ। ਇਸ ਕਰਕੇ ਡਾਕਟਰ ਜਿਹੜੀਆਂ ਦਵਾਈਆਂ ਕਹਿੰਦੇ ਨੇ ਉਹ ਤਾਂ ਖਾਓ, ਪਰ ਉਹਦੇ ਨਾਲ ਨਾਲ ਦਿਹਾੜੀ 'ਚ 2-3 ਵਾਰੀ ਗਰਮ ਪਾਣੀ ਪੀਓ, 2 ਵਾਰੀ ਲੂਣ ਪਾ ਕੇ ਗਰਮ ਪਾਣੀ ਦੇ ਵਿੱਚ ਗਰਾਰੇ ਕਰ ਲਓ, ਭਾਫ ਲੈ ਲਓ 2-3 ਵਾਰੀ, ਫਿਰ ਵੇਖੋ ਵੱਡਾ ਕਰੋਨਾ ਵੀ ਹੋ ਗਿਆ ਹੋ ਗਿਆ ਹੋ ਗਿਆ। ਅੱਛਾ